ਹਾਂਜੀ ਦੋਸਤੋ ਵੈਲਕਮ ਬੈਕ ਕੀ ਹਾਲ ਚੱਲ ਜੀ ਸਾਰਿਆਂ ਦਾ ਸਿੰਘ ਵਲੌਗਸ ਤੇ ਸਵਾਗਤ ਹੈ ਤੁਹਾਡਾ ਚੈਨਲ ਦਾ ਨਾਮ ਵੀ ਭੁੱਲ ਗਿਆ ਸੀ ਮੈਂ ਤੇ ਦੋਸਤੋ ਅੱਜ ਕੱਲ ਵੀਡੀਓ ਪਾਉਣ ਦਾ ਜੀ ਬਿਲਕੁਲ ਮਨ ਨਹੀਂ ਕਰ ਰਿਹਾ ਤੇ ਮੈਂ ਫੇਰ ਆ ਗਿਆ ਆਪਣੇ ਉਹੀ ਜੰਗਲ ਵਿੱਚ ਫੇਰ ਘਰ ਤੋਂ ਕਾਫੀ ਦੂਰ ਆ ਕੇ ਮੈਂ ਇੱਥੇ ਬਹਿ ਗਿਆ ਹਾਂ ਨਾ ਇੱਥੇ ਕੀ ਆ ਨੇਚਰ ਵਾਈਲਡ ਕਹਿ ਸਕਦੇ ਕੁਝ ਐਨੀਮਲਸ ਤੇ ਇਹਨਾਂ ਵੱਡਾ ਜੰਗਲ ਨਹੀਂ ਹੈਗਾ ਮਤਲਬ ਜੰਗਲ ਕਹਿ ਸਕਦੇ ਇਹਨੂੰ ਨੇਚਰ ਆ ਜਿਹੜੀਆਂ ਚਿੜੀਆਂ ਨੇ ਉਹਨਾਂ ਦੀਆਂ ਆਵਾਜ਼ਾਂ ਨੇ ਪੰਛੀਆਂ ਦੀ ਤੇ ਵਧੀਆ ਲੱਗਦਾ ਕੋਈ ਵੀ ਨਹੀਂ ਹੈਗਾ ਸਨਾਟਾ ਵਾ ਜੀ ਇੱਥੇ ਤੇ ਮਜ਼ਾ ਆਉਂਦਾ ਇੱਥੇ ਆ ਕੇ ਇਕਾਂਤ ਵਿੱਚ ਸੁਨਸਾਨ ਵਿੱਚ ਬੇਸ਼ੱਕ ਹੁਣ ਗਰਮੀ ਬਹੁਤ ਆ ਧੁੱਪ ਹੋਮ ਜੀ ਕਾਫੀ ਆ ਤੇ ਧੁੱਪ ਜੀ ਹੈਗੀ ਹੈ ਕਾਫੀ ਇੱਥੇ ਆ ਕੇ ਸਕੂਨ ਮਿਲਦਾ ਜੋ ਸਿਟੀਜ਼ ਵਿੱਚ ਸ਼ਹਿਰਾਂ ਵਿੱਚ ਜੋ ਸ਼ੋ ਸ਼ਰਾਬਾ ਵਾ ਉਹ ਤੋਂ ਕਾਫੀ ਦੂਰ ਇਹ ਜਗ੍ਹਾ ਵਾ ਬਟ ਉਹ ਪਿੱਛੋਂ ਹਾਈਵੇ ਦੀ ਆਵਾਜ਼ ਆਉਂਦੀ ਹੈ ਕੋਈ ਯਾਦ ਹੀ ਮੈਂ ਇੱਥੇ ਉਹਨਾਂ ਕੋਈ ਨਹੀਂ ਮਿਲਦਾ ਮੈਨੂੰ ਸੁਨਸਾਨ ਜਗ੍ਹਾ ਵਾ ਕੋਈ ਨਹੀਂ ਇੱਥੇ ਆਉਂਦਾ ਜਾਂਦਾ ਤੇ ਦੋਸਤੋ ਹੁਣ ਮੈਂ ਸੋਚ ਰਿਹਾ ਕਿ ਵੀਡੀਓ ਮਹੀਨਾ ਹੀ ਹੋ ਗਿਆ ਕੋਈ ਖਾਸ ਤੁਹਾਨੂੰ ਵੀਡੀਓ ਦੇਖਣ ਬਸ ਸਿਰਫ ਅਪਡੇਟਸ ਮਿਲੀਆਂ ਹੋਣਗੀਆਂ ਜੋ ਨਿਊਜ਼ ਪਹਿਲਾਂ ਹੀ ਵਾਇਰਲ ਹੋ ਜਾਂਦੀ ਆ ਤੇ ਬਾਅਦ ਚ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹੁੰਨਾ ਤੇ ਦੋਸਤੋ ਅੱਜ ਮੈਂ ਇੱਕ ਇਹ ਜਿਹਾ ਟੌਪਿਕ ਆ ਜਿਸ ਦੇ ਉੱਤੇ ਮੈਂ ਡਿਸਕਸ ਕਰਨ ਜਾ ਰਿਹਾ ਹਾਂ ਸਪੈਸ਼ਲੀ ਉਹਨਾਂ ਵਾਸਤੇ ਹੋਊਗਾ ਇਹ ਟੌਪਿਕ ਜਿਹੜੇ ਕਮਾਂਕਾਰਾਂ ਵਿੱਚ ਬਹੁਤ ਜ਼ਿਆਦਾ ਉਲਝੇ ਪਏ ਨੇ ਕੋਈ ਕੋਈ ਸਟੇਟ 'ਚ ਬੈਠਾ ਕੋਈ ਆਪਣੇ ਆਫਿਸ 'ਚ ਬੈਠਾ ਕਿਤੇ ਵੀ ਆ ਬਹੁਤ ਜ਼ਿਆਦਾ ਕਮਾਂਕਾਰਾਂ 'ਚ ਨਾ ਬਿਜ਼ੀ ਬਹੁਤ ਰਹਿੰਦੇ ਨੇ ਦੋਸਤੋ ਜਿਹੜੇ ਬੰਦੇ ਦਿਮਾਗ ਉੱਥੇ ਜਿੰਨਾ ਦਾ ਰਹਿੰਦਾ ਠੀਕ ਆ ਉਹ ਵੀ ਚੀਜ਼ ਵੀ ਜ਼ੂਰੀ ਹੈ ਲੇਕਿਨ ਯਾਦ ਉਹਨਾਂ ਨੂੰ ਕਈਕવાર ਜਿਹੜੇ ਬਹੁਤ ਜ਼ਿਆਦਾ ਦੋਸਤੋ ਮੈਂ ਦੇਖੇ ਆਪਣੇ ਲਾਈਫ ਵਿੱਚ ਇੰਨੇ ਜ਼ਿਆਦਾ ਬਿਜ਼ੀ ਰਹਿੰਦੇ ਤੇ ਭੁੱਲੇ ਆਰੇ ਬਸ ਮਤਲਬ ਭੁੱਲੇ ਫਿਰਦੇ ਨੇ ਤੇ ਕਈ ਵਾਰੀ ਆਦ ਸਤਸੰਗ ਸੁਣਦੇ ਆ ਕਈ ਵਾਰੀ ਆਦ ਉਹ ਵੀ ਫਿਰ ਬਸ ਇੱਕ ਤਰ੍ਹਾਂ ਦਾ ਨਾ ਫਾਰਮੈਲਟੀ ਜੀ ਹੋ ਜਾਂਦੀ ਹੈ ਸਤਸੰਗ ਸੁਣ ਲੈ ਆ ਜੋ ਚੱਲ ਜੀ ਸਾਰਾ ਕੰਮ ਉੱਥੇ ਸਾਰਾ ਦਿਨ ਫਿਰ ਪੂਰਾ ਉੱਤੀ ਧਿਆਨ ਰਹਿੰਦਾ ਵਾ ਕਈ ਤਾਂ ਮਤਲਬ ਫਾਰਮੈਲਟੀ ਵਿੱਚ ਆ ਗਏ ਕਈਆਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਨੁਕਸਾਨ ਵੀ ਆ ਤੇ ਫਾਇਦਾ ਵੀ ਬਹੁਤ ਆ ਫਾਇਦਾ ਇਹ ਆ ਕਿ ਜਦ ਉਹ ਬੰਦੇ ਨੂੰ ਅਹਿਸਾਸ ਹੁੰਦਾ ਅੰਦਰੋਂ ਕਿ ਦੇਖੋ ਮੈਂ ਕਿੰਨੀ ਦੂਰੀ ਮੇਰੀ ਹੋ ਗਈ ਆ ਮਤਲਬ ਜੋ ਅੰਦਰ ਜੋ ਮੈਂ ਤੁਪੈ ਜਿੰਨ ਸੁਣ ਵੀ ਨਹੀਂ ਹੁੰਦਾ ਮੈਡੀਟੇਸ਼ਨ ਨਹੀਂ ਹੁੰਦਾ ਤੇ ਕਿੰਨਾ ਹੀ ਉਹ ਬੰਦਾ ਇਹ ਸੋਚਦਾ ਵੀ ਜੇ ਤਾਂ ਸੀਰੀਅਸ ਆ ਜੇ ਤਾਂ ਉਹਨੂੰ ਅਹਿਸਾਸ ਹੁੰਦਾ ਅੰਦਰ ਉਹਦੀ ਕਿਰਪਾ ਹੋਈ ਨਾ ਉਹਦੀ ਕਿਰਪਾ ਉੱਤੇ ਟਿਪੈਂਡਾ ਫਿਰ ਜਦੋਂ ਉਹਨੂੰ ਉਸ ਚੀਜ਼ ਦਾ ਅਹਿਸਾਸ ਹੁੰਦਾ ਨਾ ਫਿਰ ਉਹਨੂੰ ਬਹੁਤ ਅੰਦਰੋਂ ਉਹ ਉੱਠਦੀ ਹੈ ਫਿਰ ਭਾਵੇਂ ਅੱਧਾ ਘੰਟਾ ਹੀ ਬਹਿ ਜੇ ਫਿਰ ਜੋ ਉਹ ਜਿਹੜਾ ਸ਼ਰਧਾ ਭਾਵ ਦੇ ਨਾਲ ਬੈਠੂਗਾ ਉਹਨੂੰ ਉਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਵਾ ਲੇਕਿਨ ਕਈ ਦੋਸਤੋਂ ਹੈਗੇ ਨੇ ਐਦਾਂ ਦੇ ਦੋਸਤ ਜਿਹੜੇ ਮਤਲਬ ਫਾਰਮੈਲਟੀ ਵਿੱਚ ਆ ਗਏ ਆ ਉਹਨਾਂ ਦਾ ਦੋਸਤੋਂ ਫਿਰ ਨੁਕਸਾਨ ਹੀ ਨੁਕਸਾਨ ਆ ਜਿਵੇਂ ਹਜੂਰ ਜੀ ਕਹਿਆ ਕਰਦੇ ਸੀਗੇ ਤੇ ਕੀ ਉਹਨੂੰ ਫਾਰਮੈਲਿਟੀ ਨਾ ਬਣਾਵੋ ਕੋਈ ਵੀ ਕਾਰਵਾਈ ਨਾ ਪਾਵੋਗੀ ਜਿਵੇਂ ਬਾਬਾ ਜੀ ਕਹਿੰਦੇ ਨੇ ਉਹ ਬੰਦਿਆਂ ਨੂੰ ਆਏ ਹੋ ਜਾਂਦਾ ਕਿ ਚੱਲ ਸਾਰਾ ਦਿਨ ਕੰਮਾਂ ਵਿੱਚ ਰੁੱਬਣਾ ਤੇ ਕਦੇ ਉਹ ਪੰਗਾ ਦਿਮਾਗ ਵਿੱਚ ਉਹੀ ਜਿਹੇ ਰਹਿੰਦੀਆਂ ਨੇ ਤੇ ਹਫਤੇ ਜਿੱ ਕੋਈ ਵਾਰ ਸਤਸੰਗ ਸੁਣ ਲਿਆ ਕਿਤੇ ਵੀ ਪਰ ਉਹ ਨਾ ਮਤਲਬ ਫਿਰ ਫਾਰਮੈਲਿਟੀ ਵਿੱਚ ਆ ਜਾਂਦਾ ਵਾ ਤੇ ਉਸ ਚੀਜ਼ ਤੋਂ ਬਚੋ ਹੁਣ ਹੁਣ ਇਹ ਸਾਨੂੰ ਤੁਹਾਨੂੰ ਆਪਾਂ ਸਾਰਿਆਂ ਨੂੰ ਬਿਹਤਰ ਪਤਾ ਵਾ ਕਿ ਕਿਹਦਾ ਮਾਈਂਡ ਕਿਦੇ ਮਨ ਵਿੱਚ ਕੀ ਆ ਕਿ ਇਦਾਂ ਦੀ ਫੀਲਿੰਗ ਆ ਲੋਨਲੀਨੈਸ ਦੀ ਫੀਲਿੰਗ ਕਰਦਾ ਜਾਂ ਨਹੀਂ ਮਹਿਸੂਸ ਕਰਦਾ ਗੱਲ ਹੋਈ ਹੈ ਨਾ ਸੀਰੀਅਸ ਦੀ ਬੰਦਾ ਜੀ ਸੀਰੀਅਸ ਆ ਇਸ ਕੰਮ ਵਿੱਚ ਸਾਨੂੰ ਸੀਰੀਅਸ ਹੋਣਾ ਚਾਹੀਦਾ ਤੇ ਫਿਰ ਭਾਵੇਂ ਅਸੀਂ ਸਾਰਾ ਦਿਨ ਬਿਜ਼ੀ ਹੋਈਏ ਚਾਹੇ ਨਾ ਹੋਈਏ ਕਿਉਂਕਿ ਫਿਰ ਸਾਨੂੰ ਪਤਾ ਫਿਰ ਬੰਦਾ 24 ਘੰਟੇ ਜਦੋਂ ਉਹ ਬੇਸ਼ੱਕ ਉਹ ਤੋਂ ਸਿਮਿੰਟ ਨਹੀਂ ਹੁੰਦਾ ਸਿਮਿੰਟ ਉਹਦਾ ਨਹੀਂ ਪੱਕਾ ਪਰ ਹੁਣ ਯਾਦ ਰੱਖਦਾ ਨਾ ਜੋ ਉਹਨੂੰ ਗਿਲਟ ਹੁੰਦਾ ਅਫਸੋਸ ਹੁੰਦਾ ਉਹਦਾ ਹੀ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਿ ਜਾ ਕੇ ਜੇ ਉਹਨੂੰ ਗਿਲਟ ਹੁੰਦਾ ਨਾ ਇਹ ਉਹਦਾ ਫਾਇਦਾ ਹੀ ਹੋ ਰਿਹਾ ਹੁੰਦਾ ਉਸ ਚੀਜ਼ ਦਾ ਵੀ ਤੁਹਾਨੂੰ ਫਾਇਦਾ ਹੋਊਗਾ ਜੋ ਮਨ ਵਿੱਚ ਉਹ ਚੀਜ਼ ਆ ਗਈ ਨਾ ਕਿ ਅੱਜ ਮੈਂ ਕਰ ਨਹੀਂ ਪਾਇਆ ਸਾਰਾ ਦਿਨ ਉਹ ਮਨ ਵਿੱਚ ਉਦਾਸ ਚੀਜ਼ ਰਹਿੰਦੀ ਹੈ ਉਹਦਾ ਬਹੁਤ ਫਾਇਦਾ ਹੁੰਦਾ ਉਨਾ ਜ਼ਿਆਦਾ ਆਪਾਂ ਉਹਨੂੰ ਯਾਦ ਵੀ ਕਰਦੇ ਆ ਤੇ ਸਾਨੂੰ ਉਹ ਉਹਦਾਂ ਦੀ ਫੀਲਿੰਗ ਉਨੀ ਜ਼ਿਆਦਾ ਮਹਿਸੂਸ ਹੁੰਦੀ ਆ ਬੇਸ਼ੱਕ ਸਾਤੋਂ ਕੁਝ ਨਾ ਹੋਇਆ ਹੋਵੇ ਤਾਂ ਕਰਕੇ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ じゃ ਇਹ ਫੀਲਿੰਗ ਹੋਣੀ ਚਾਹੀਦੀ ਆ ਜਿਵੇਂ ਹਜ਼ੂਰ ਜੀ ਵੱਡੇ ਹਜ਼ੂਰ ਜੀ ਕਹਿੰਦੇ ਹੁੰਦੇ ਸੀ ਕਿ ਐਦਾਂ ਦਾ ਸ਼ਰਧਾ ਭਾਵ ਜਿਹਾ ਆਪਾਂ ਰੱਖਾਂਗੇ ਇਹ ਸਾਰਾ ਉਹਦੀ ਕਿਰਪਨ ਨਾਲ ਹੀ ਹੋ ਰਿਹਾ ਵਾ ਬਟ ਜੇ ਆਪਾਂ ਜਾਣ ਬੁੱਝ ਕੇ ਉਹਨਾਂ ਬੰਦਿਆਂ ਵਿੱਚੋਂ ਜਿਹੜੇ ਫਾਰਮੈਲਟੀ ਵਿੱਚ ਇਸ ਚੀਜ਼ ਨੂੰ ਲੈ ਕੇ ਆ ਗਏ ਤੇ ਮਨ ਦੇ ਤੋਂ ਕੋਈ ਅਸਰ ਨਹੀਂ ਆਪਣੇ ਜੋ ਐਕਸ਼ਨਸ ਨੇ ਉਹਨਾਂ ਦੇ ਥਰੂ ਵੀ ਤੇ ਵਰਡਸ ਦੇ ਥਰੂ ਵੀ ਸਾਡੀ ਜੋ ਕਰਨੀ ਆ ਉਹਦੇ ਥਰੂ ਉਹ ਚੀਜ਼ ਜ਼ਾਹਿਰ ਹੋਣੀ ਚਾਹੀਦੀ ਹੈ ਬਾਬਾ ਜੀ ਕਹਿੰਦੇ ਨਾ ਕਿਸੇ ਤੋਂ ਵੀ ਆਬਸੈਸ਼ਨ ਨਾ ਹੋਵੇ ਮਤਲਬ ਤੁਹਾਨੂੰ ਪਤਾ ਹੀ ਆ ਕਿ ਕੁਝ ਵੀ ਆਪਾਂ ਦੇਖਦੇ ਆ ਜਾਂ ਬਹੁਤ ਜ਼ਿਆਦਾ ਖੁਸ਼ ਹੋਣ ਵਾਲੀ ਚੀਜ਼ ਆ ਕੋਈ ਵੀ ਉਹਦਾਂ ਦੀ ਚੀਜ਼ ਆ ਨਾ ਛੱਡਿਓ ਤੇ ਉਹਦਾ ਅਸਰ ਨਹੀਂ ਹੋਣਾ ਚਾਹੀਦਾ ਸਗੋਂ ਜੋ ਵਰਲਡੀ ਥਿੰਗਸ ਨੇ ਉਹ ਆਪਾਂ ਨੇ ਐਸੋ ਕਹਿ ਲੋ ਫਾਰਮੈਲਟੀ ਇਹ ਕੰਮ ਇਹ ਜੋ ਸੋਚ ਜੋ ਫਾਰਮੈਲਟੀ ਵਾਲੀ ਹੈਗੀ ਹੈ ਇਹ ਆਪਾਂ ਨੇ ਉਹਨਾਂ ਉੱਤੇ ਲਾਗੂ ਕਰਨੀ ਆ ਕਿ ਚਲੋ ਇਹਦਾ ਜ਼ਿੰਮੇਵਾਰੀ ਆ ਜਾਂ ਕਹਿ ਲੋ ਫਾਰਮੈਲਟੀ ਆ ਮਤਲਬ ਆਪਣੀ ਜ਼ਿੰਮੇਵਾਰੀ ਸਮਝਣੀ ਆ ਜੂਰ ਲੇਕਿਨ ਇੰਨਾ ਜ਼ਿਆਦਾ ਉਹਦੇ ਵਿੱਚ ਸੀਰੀਅਸ ਨਹੀਂ ਹੋਣਾ ਜੋ ਕਿ ਆਮ ਤੌਰ ਤੇ ਦੇਖਿਆ ਗਿਆ ਕਿ ਆਪਾਂ ਹੋ ਜਾਂਦੇ ਆ ਬਹੁਤ ਜ਼ਿਆਦਾ ਟੈਨਸ਼ਨ ਜਾਂ ਐਦਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ ਲੇਕਿਨ ਉਹੀ ਨਾ ਜਦ ਜਿਵੇਂ ਕਹਿੰਦੇ ਕਿਸਮਤ ਹੋਣਾ ਹੁੰਦਾ ਫਿਰ ਉਹ ਚੀਜ਼ ਹੁੰਦੀ ਹੁੰਦੀ ਹੈ ਉਸ ਦੌਰ ਤੋਂ ਆਪਾਂ ਨੂੰ ਨਿਕਲਣਾ ਹੁੰਦਾ ਗੁਜ਼ਰਨਾ ਹੁੰਦਾ ਤਾਂ ਹੀ ਸਭ ਤੋਂ ਵੱਡੀ ਚੀਜ਼ ਕੋਸ਼ਿਸ਼ ਆਪਾਂ ਨੇ ਉਹ ਜੋ ਕੋਸ਼ਿਸ਼ ਆ ਨਾ ਜੇ ਆਪਾਂ ਨੂੰ ਉਹਦੇ ਵਿੱਚ ਕਮੀ ਆਨ ਦੇਤੀ ਜੇ ਕਿਉਂਕਿ ਸਾਨੂੰ ਪਤਾ ਸਾਡੀ ਮਨ ਦੀ ਅਵਸਥਾ ਦਾ ਬਾਬਾ ਜੀ ਕਹਿੰਦੇ ਹਨ ਛੱਡੀ ਮੰਨ ਦੀ ਵਿਵਸਥਾ ਸਾਨੂੰ ਪਤਾ ਵਾ ਕਿ ਆਪਾਂ ਕਿੰਨਾ ਹੈਗੇ ਆ ਤੇ ਆਪਾਂ ਜਾਣ ਬੁਝ ਕੇ ਕਰ ਰਹੇ ਆ ਜਾਂ ਜਾਂ ਜਾਣ ਬੁਝ ਕੇ ਆਪਾਂ ਉਸ ਚੀਜ਼ ਨੂੰ ਇਗਨੋਰ ਕਰ ਰਹੇ ਆ ਜਾਂ ਕੁਝ ਕਰ ਹੀ ਨਹੀਂ ਜਾਣ ਬੁਝ ਕੇ ਡੁੱਬੇ ਆ ਇੰਨਾ ਸਭ ਚੀਜ਼ਾਂ ਵਿੱਚ ਸਾਨੂੰ ਪਤਾ ਹੁੰਦੇ باوجود ਵੀ ਫਿਰ ਉਹਦਾ ਜੋ ਖਾਮਿਆਜ਼ਾ ਜੋ ਉਹਦਾ ਨੁਕਸਾਨ ਉਹ ਤੁਹਾਨੂੰ ਨਾਲ ਦੇ ਨਾਲ ਭੁਗਤਣਾ ਪੈਂਦਾ ਇਹ ਕਈਆਂ ਨਾਲ ਐਕਸਪੀਰੀਅੰਸ ਹੋਊਗਾ ਤਾਂ ਕਰਕੇ ਉਸ ਚੀਜ਼ ਨੂੰ ਜਿਵੇਂ ਬਾਬਾ ਜੀ ਕਹਿੰਦੇ ਆ ਹਜੂਰ ਜੀ ਕਹਿੰਦੇ ਸੀਗੇ ਉਹ ਉਸ ਉਸ ਤਰ੍ਹਾਂ ਦੇ ਬੰਦੇ ਨੂੰ ਖੁਦ ਹੁੰਦਾ ਨਾ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਹਾਂ ਵੀ ਇਹ ਚੀਜ਼ ਹੈਗੀ ਆ ਮੈਂ ਕੁਝ ਦਿਨ ਕੁਝ ਹਫ਼ਤੇ ਪਹਿਲਾਂ ਇੱਕ ਵੀਡੀਓ ਪਾਈ ਸੀ ਨਾ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਉਹਦਾ ਚਲੋ ਲਿੰਕ ਪਾ ਦੂੰਗਾ ਮੈਂ ਲੱਭ ਕੇ ਜਿਆਦਾ ਟਾਈਮ ਨਹੀਂ ਹੋਇਆ ਉਹਨੂੰ ਵੀਡੀਓ ਨੂੰ ਜੇ ਤਾਂ ਇਹ ਜਿਹੇ ਜੋ 24 ਘੰਟੇ ਬਿਜੀ ਰਹਿੰਦੇ ਆ ਜਾਂ ਮਤਲਬ ਬੰਦੇ ਉਹ ਕਦੇ ਇਹ ਜੀ ਸੁਨਸਾਨ ਜਗ੍ਹਾ ਤੇ ਆ ਕੇ ਕਿਤੇ ਬੈਹ ਜਾਣਾ ਕਿ ਜਿੱਥੇ ਕੋਈ ਵੀ ਨਾ ਹੋਵੇ ਤੇ ਇਕੱਲੇ ਆਉਣ ਇੱਕ ਬੰਦਾ ਇਕੱਲਾ ਆਵੇ ਤੇ ਉਸ ਚੀਜ਼ ਨੂੰ ਫਿਰ ਉਹਨਾਂ ਨੂੰ ਬਹੁਤ ਕੁਝ ਮਹਿਸੂਸ ਹੋਊਗਾ ਫਿਰ ਜੋ ਉਹ ਅਹਿਸਾਸ ਹੋਊਗਾ ਫਿਰ ਉਸ ਚੀਜ਼ ਦਾ ਫਿਰ ਬੰਦਾ ਸੀਰੀਅਸ ਹੁੰਦਾ ਫਿਰ ਬੰਦਾ ਅੱਗੇ ਵਧਣ ਦੀ ਸੋਚਦਾ ਕਿ ਬਹੁਤ ਟਾਈਮ ਹੋ ਗਿਆ ਯਾਰ ਹੁਣ ਹਨਾ ਉਹ ਚੀਜ਼ ਫਿਰ ਬੰਦਾ ਉਸ ਪੁਆਇੰਟ ਉੱਤੇ ਆਉਂਦਾ ਮਤਲਬ